ਜੀ ਮਾਸ਼ਾਅੱਲਾ ਵੀਰ, ਪੀਕੋਕ ਫਾਰਮ ਤੋਂ ਅੱਜ ਬਾਈਆਂ ਨੂੰ ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਪਾਇਟ ਦੇ ਮੇਰਾ ਭਾਈ ਜੋੜੇ ਲਾਉਣ ਦਾ ਤਰੀਕਾਕਾਰ, ਮੇਰਾ ਭਾਈ ਉਹਦੀ ਖੁਰਾਕ ਦਾ ਤਰੀਕਾਕਾਰ ਔਰ ਓਪਨ ਕਰਾਸਿੰਗ ਦਾ ਤਰੀਕਾਕਾਰ ਮੇਰਾ ਭਾਈ, ਸਾਰਾ ਬਾਈਆਂ ਨੂੰ ਇਸ ਵੀਡੀਓ ਵਿੱਚ ਸਮਝਾਉਂਦੇ ਹਾਂ ਅਤੇ ਪ੍ਰੋਪਰ ਦੇਖਣਾ ਇਨਸ਼ਾਅੱਲਾ, ਅਤੇ ਬਾਈਆਂ ਨੂੰ ਮਜ਼ਾ ਵੀ ਆਏਗਾ ਅਤੇ ਦੁਆਵਾਂ 'ਚ ਵੀ ਯਾਦ ਰੱਖਣਾ ਆਪਣੇ ਬਾਈ ਨੂੰ, ਅਤੇ ਟਾਈਮ ਨਹੀਂ ਜ਼ਾਇਆ ਕਰਦੇ, ਮਿਲਦੇ ਹਾਂ, ਚੱਲਦੇ ਹਾਂ ਇਸ ਵੀਡੀਓ ਦੇ ਵਿੱਚ, ਆ ਜਾਓ ਫਿਰ ਜੀ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਸੁਣਾਓ, ਸਿਹਤ ਵੀ ਠੀਕ ਹੈ, ਉਮੀਦ ਕਰਦਾਂਗੇ ਸਾਰੇ ਦੋਸਤ ਭਰਾ ਵਧੀਆ ਹੋਵੇਗੇ ਜੀ। ਮਾਸ਼ਾਅੱਲਾ ਵੀਰ, ਪੀਕੋਕ ਫਾਰਮ ਤੋਂ ਮੈਂ ਕਿਹਾ ਅੱਜ ਬਾਈਆਂ ਨੂੰ ਨਾ ਸ਼ੌਕ ਚੈੱਕ ਕਰਾ ਦਈਏ, ਮਜ਼ੀਦ ਇੱਕ ਦਫਾ ਫਿਰ ਮਾਸ਼ਾਅੱਲਾ ਚੈੱਕ ਕਰੋ, ਓਪਨ ਸ਼ੈੱਡ, ਤੁਹਾਨੂੰ ਪਤਾ ਓਪਨ ਕਰਾਸਿੰਗ ਕਰਾਈ ਦੀ ਹੈ, ਇੱਕ ਨਾ ਰਹੋ ਵੇ ਉਹਨੇ ਆ ਹੁਣ ਨਾ, ਮੈਂ ਇੱਧਰ ਨੂੰ ਆਇਆ, ਇੱਥੇ ਪੈਲ ਪਾਈ ਹੁੰਦੀ ਸੀ, ਲਾ ਛੱਡੀ, ਬਾਕੀ ਇੱਕ ਨਾ ਕਰਨੇ ਉਹ ਪੈਲ ਪਾਈ, ਮਾਸ਼ਾਅੱਲਾ ਇੱਕ ਨਾਰ ਨਿਆ ਪੈਲ ਪਾਈ ਹੈ, ਆਵਾਜ਼ ਚੈੱਕ ਕਰੋ, ਨਰਾਂ ਨਹੀਂ ਕਿਵੇਂ ਸ਼ਾਨ ਸ਼ਾਨ ਦੀ ਆਵਾਜ਼ ਆਉਂਦੀ ਹੈ, ਸਭ ਤੋਂ ਬੈਸਟ ਮੇਰੇ ਭਾਈ ਜਿਹੜਾ ਹੁੰਦਾ ਨਾ ਨਰ, ਇਹ ਚੀਜ਼ ਦੀ ਹੁੰਦੀ ਹੈ, ਕਹਿੰਦੇ ਪਿਓ ਪੂਰੇ ਪ੍ਰੋਪਰ ਜਿਹੜਾ ਨਾ ਇੱਕ ਤਰੀਕੇਕਾਰ ਦੇ ਨਾਲ ਚੱਲ ਰਿਹਾ, ਜਿਹੜਾ ਨਰ ਆਵਾਜ਼ ਨਹੀਂ ਕਰਾਉਂਦਾ, ਛੰਡ ਨਹੀਂ ਆਉਂਦੀ ਹੁੰਦੀ, ਠੀਕ ਹੈ, ਨੀਰੀ ਪੈਲ ਪਾ ਛੱਡਦਾ ਐਵੇਂ, ਨੀਰੇ ਖੰਭ ਚਾਏ ਅਤੇ ਉਸ ਤੋਂ ਬਾਅਦ ਚੰਡੀ, ਉਹ ਨਰ ਮੇਰੇ ਭਾਈ ਕੋਈ ਕਾਮਯਾਬ ਨਹੀਂ ਹੁੰਦੇ, ਅਕਸਰ ਭਾਈਆਂ ਦੇ ਨਰ ਜਿਹੜੇ ਨੇ ਨਾ ਬਾਅਦ ਦਫਾ ਇਹਨਾਂ ਦਿਨਾਂ ਦੇ ਵਿੱਚ ਨਾ ਖੰਭ ਝਾੜ ਰਹਿਣੇ ਅਤੇ ਬਥੇਰੀਆਂ ਕਾਲਾਂ ਹੁੰਦੀਆਂ ਨੇ, ਅਤੇ ਮੇਰੇ ਭਾਈ ਉਹ ਨਰ ਜਿਹੜੇ ਹੁੰਦੇ ਨਾ ਉਹ ਨਰ ਸਕਰੈਪ ਨਰ ਹੁੰਦੇ ਨੇ, ਸਕਰੈਪ ਨਰ ਤੋਂ ਮੁਰਾਦ ਹੈ ਮੇਰੇ ਭਾਈ ਉਹ ਨਰ ਕਾਮਯਾਬ ਨਹੀਂ ਹੁੰਦੇ, ਫਾਰਮਰ ਇਸ ਤੋਂ ਹੀ ਸੇਲ ਕਰ ਦਿੰਦਾ ਕਿਉਂਕਿ ਉਹ ਨਰ ਜਲਦੀ ਜਿਹੜੇ ਨਾ ਤੇਲ ਝਾੜ ਜਾਂਦੇ ਨੇ, ਅਤੇ ਦੂਸਰੇ ਨੰਬਰ 'ਤੇ ਯਾਰ ਭਾਈਆਂ ਨੂੰ ਰਿਕੁਐਸਟ ਹੈ ਕਿ ਯਾਰ 9-10 ਵਜੇ ਦੇ ਰੋਣ ਪੋੜਨਾ, ਰਾਤ 10 ਕੁ ਵਜੇ ਤੱਕ ਕਾਲ ਸਿਆਲ ਕਰ ਲਿਆ ਕਰੋ, ਉਸ ਤੋਂ ਬਾਅਦ ਜਿਹੜਾ ਮੇਰਾ ਬਾਈ ਕੋਈ ਸੁਬਾਹ ਦਿਨ ਚੜ੍ਹ ਜਾਣਾ ਹੁੰਦਾ, ਅੱਲਾ ਖੈਰ ਰੱਖੇ ਸਹੀ, ਅਤੇ ਸੁਬਾਹ ਕਾਲ ਕਰ ਲਿਆ ਕਰੋ ਮੈਨੂੰ, ਅਜੇ ਰਾਤੀ ਤਕਰੀਬਨ 2:30 ਵਜੇ ਕਾਲ ਆਈ ਹੈ, ਉਹਨੇ ਕਿਹਾ ਯਾਰ ਬਾਈ ਇਨਫੋਰਮੇਸ਼ਨ ਲੈਣੀ ਹੈ, ਮੈਂ ਕਿਹਾ ਆਂਦਾ ਡਿਸਟਰਬ ਤਾਂ ਨਹੀਂ ਕੀਤਾ, ਮੈਂ ਕਿਹਾ ਨਹੀਂ ਬਾਈ ਇਨਫੋਰਮੇਸ਼ਨ ਲੈਣੀ, ਯਾਰ ਸਾਡੀ ਇੱਕ ਮੋਰਨੀ ਚਿੱਟੀ ਹੈ ਉਹ ਆਂਡੇ ਦਿੰਦੀ, ਆਂਡੇ ਨਹੀਂ ਦਿੰਦੀ ਅਤੇ ਬਲੂ ਸ਼ੋਲਡਰ ਦੀ ਆਂਡੇ ਦਿੰਦੀ ਪਈ ਹੈ, ਅਤੇ ਮੈਂ ਕਿਹਾ ਮੇਰਾ ਭਰਾ ਹੁਣ ਹੀ ਸੀਜ਼ਨ ਸਟਾਰਟ ਹੋਇਆ ਯਾਰ, ਆਂਡੇ ਦੇ ਛੜੇ ਦੀ ਕਿਸ ਚੀਜ਼ ਦੀ ਪਰੇਸ਼ਾਨੀ ਹੈ, ਟਾਈਮ ਮੈਂ ਕਿਹਾ ਵੇ ਯਾਰ ਤੂੰ ਕਿਹੜੇ ਟਾਈਮ ਦੇ ਕਾਲ ਕੀਤੀ ਹੈ, ਕਿਉਂਕਿ 10-11 ਵੱਜ ਜਾਂਦੇ ਨੇ ਵੈਸੇ ਹੀ ਸੌਂਦਿਆਂ ਸੌਂਦਿਆਂ, ਅਤੇ ਰਿਕੁਐਸਟ ਹੀ ਹੈ ਯਾਰ ਭਾਈਆਂ ਨੂੰ, ਬਾਕੀ ਫਿਰ ਜਿਸ ਟਾਈਮ ਵੀ ਬਾਈ ਕਾਲ ਕਰਨ, ਕੋਸ਼ਿਸ਼ ਆਪਣੀ ਇਹ ਹੀ ਹੁੰਦੀ ਹੈ ਕਿ ਸਾਰੇ ਬਾਈਆਂ ਨੂੰ ਜਿਹੜਾ ਨਾ ਜਵਾਬ ਦੇ ਦਿੱਤਾ ਜਾਵੇ, ਅਤੇ ਬਾਈਆਂ ਅਸ ਰਿਕੁਐਸਟ ਹੀ ਮੇਰਾ ਭਰਾ ਕਿ ਜ਼ਰਾ ਕੋਈ ਨਾ ਟਾਈਮ ਸ਼ਾਈਮ ਵੇਖ ਲਿਆ ਕਰੋ ਯਾਰ, ਹੈਂ ਬੰਦਾ ਸੁੱਤਾ ਹੁੰਦਾ ਕਿਉਂਕਿ ਨੀਂਦਰ ਵੈਸੇ ਨਹੀਂ ਪੂਰੀ ਹੁੰਦੀ ਇਹਨਾਂ ਦਿਨਾਂ, ਤੁਹਾਨੂੰ ਪਤਾ ਮੱਛਰ ਬਹੁਤ ਜਿਹੜਾ ਨਾ ਤੰਗ ਕਰਦਾ ਯਾਰ, ਬਾਕੀ ਮਾਸ਼ਾਅੱਲਾ ਬਲੂ ਸ਼ੋਲਡਰ ਮਾਦੀਆਂ, ਬਲੈਕ ਸ਼ੋਲਡਰ ਨਰ 16 ਮਾਦੀਆਂ ਨੇ ਮੇਰੇ ਭਾਈ, ਅਤੇ 2 ਨਰ ਨੇ 8x8, ਇੱਕ ਮਾਦੀ ਇੱਕ ਨਰ ਦੇ ਨਾਲ ਐਵਰੇਜ ਆਉਂਦੀ 8। ਮੇਰੇ ਭਾਈ ਬਹੁਤ ਸਾਰੇ ਭਾਈ ਇਹ ਸਵਾਲ ਕਰਦੇ ਨੇ ਕਿ ਯਾਰ ਜਿਹੜਾ ਨਾ ਇਹ ਮਾਦੀ ਦੇ ਨਾਲ ਕਿਹੜਾ ਨਰ ਲਾਉਣਾ ਚਾਹੀਦਾ, ਮੇਰੇ ਭਾਈ ਤੁਸੀਂ ਦੁਨੀਆ ਦਾ ਜਿਹੜਾ ਵੀ ਨਰ ਲਾ ਲਓ, ਮੇਰੇ ਭਾਈ ਬੱਚੇ ਨਿਕਲਣ ਦੇ ਜਿਵੇਂ ਦਾ ਨਰ ਲਾਓਗੇ, ਕੁਝ ਉਸ ਤਰੀਕੇ ਦੇ ਨਿਕਲਣ ਦੇ, ਕੁਝ ਜਿਵੇਂ ਤੁਹਾਡੀ ਮਾਦੀ ਹੋਏਗੀ ਉਸ ਤਰੀਕੇ ਨਿਕਲਣ ਦੇ, ਕੋਈ ਦੋਵਾਂ ਦੇ ਕ੍ਰਾਸਿੰਗ 'ਚ ਨਿਕਲਣਗੇ, ਜਿਵੇਂ ਇਹ ਬਲੂ ਸ਼ੋਲਡਰ ਦੇ ਨਾਲ ਬਲੈਕ ਸ਼ੋਲਡਰ ਦੇ ਨਾਲ ਜਿਹੜਾ ਪਾਇਟ ਦਾ ਨਰ ਲਾਇਆ ਹੋਵੇ ਅਤੇ ਸਿਲਵਰ ਪੈਡ ਹੀ ਨਿਕਲ ਆਉਂਦੇ ਨੇ, ਬਲੂ ਸ਼ੋਲਡਰ ਦੇ ਨਾਲ ਵਾਈਟ ਦਾ ਨਰ ਲਾਇਆ ਹੋਵੇ ਤਾਂ ਮੇਰੇ ਭਾਈ ਪਾਇਟ ਹੀ ਨਿਕਲ ਆਉਂਦੇ ਨੇ, ਠੀਕ ਹੈ, ਬਲੂ ਪੈਡ ਹੀ ਨਿਕਲ ਆਉਂਦੇ ਨੇ ਮੇਰੇ ਭਾਈ, ਆਹ ਤਰੀਕਾਕਾਰ ਹੁੰਦਾ, ਹੋਰ ਇਹਦੇ ਵਿੱਚ ਮੇਰੇ ਭਾਈ ਕੋਈ ਜਿਹੜਾ ਨਾ ਐਸਾ ਵਾਸਾ ਸੀਨ ਨਹੀਂ ਹੈ, ਠੀਕ ਹੋ ਗਿਆ ਮੇਰੇ ਭਾਈ, ਮਾਸ਼ਾਅੱਲਾ ਖੁਰਾਕ ਹੋ ਜੀ ਮੇਰੇ ਭਾਈ ਪ੍ਰੋਪਰ, ਖੁਰਾਕ ਦਾ ਮੇਰੇ ਭਾਈ ਬਹੁਤ ਜ਼ਿਆਦਾ ਖਿਆਲ ਰੱਖਣਾ, ਖੁਰਾਕ ਜਿਹੜੀ ਹੈ ਨਾ ਮੇਰੇ ਭਾਈ ਬਹੁਤ ਮੈਟਰ ਕਰਦੀ, ਖੁਰਾਕ ਜਿਹੜੀ ਮੇਰੇ ਭਾਈ ਪ੍ਰੋਪਰ ਰੱਖੋ ਜਾਨਵਰ ਦੀ, ਇਨਸ਼ਾਅੱਲਾ ਮੇਰੇ ਭਾਈ ਜਾਨਵਰ ਜਿਹੜਾ ਨਾ ਮੈਕਸੀਮਮ ਮੇਰੇ ਭਾਈ ਆਂਡਿਆਂ ਦੀ ਐਵਰੇਜ ਆਏਗੀ, ਇੱਕ ਮਾਦੀ 50 ਤੋਂ 52 ਆਂਡੇ ਦਿੰਦੀ ਹੈ ਅੱਲਾ ਦੇ ਹੁਕਮ ਨਾਲ,
ਜਿਹੜਾ ਬਾਈ ਜਾਂਦਾ ਨਾ, ਮੇਰੀਆਂ ਚਾਰ ਮਾਦੀ ਦਿੰਦੀਆਂ ਨੇ, ਅੱਠ ਦਿੰਦੀਆਂ ਨੇ, ਮੇਰਾ ਬਾਈ ਉਹ ਕੋਈ ਚੱਕਰ ਹੀ ਨਹੀਂ। ਅਗਰ ਮੇਰਾ ਭਾਈ ਤੁਸੀਂ ਮੁਖਤਲਿਫ ਨਰ ਲਾਓਗੇ ਨਾ ਹਦਲ ਬਦਲ ਕਰਕੇ, ਤਾਂ ਮੇਰੇ ਭਾਈ ਇਸ ਤਰੀਕੇ ਦੇ ਬੱਚੇ ਨਿਕਲਦੇ ਬਹਿੰਦੇ ਪਾ, ਕੋਈ ਵਿੱਚ ਵਾਈਟ ਨਿਕਲਦੇ, ਕੋਈ ਪਾਈਟ ਨਿਕਲਦੇ, ਠੀਕ ਹੈ, ਮੁਖਤਲਿਫ ਨਿਕਲਣਗੇ ਮੇਰੇ ਭਾਈ। ਇਹ ਜ਼ਰਾ ਰੂਲੇ ਖੁੱਲੇ ਇਹ ਸੋਣੇ, ਕਿਉਂਕਿ ਇਹਨਾਂ ਦੇ ਉੱਤੇ ਨਾ ਬਿੱਲੇ ਦਾ ਵਾਰ ਹੋਇਆ ਸੀ, ਔਰ ਬਹੁਤ ਸਖਤ ਵਾਰ ਹੋਇਆ ਸੀ, ਠੀਕ ਹੈ ਮੇਰੇ ਭਾਈ। ਔਰ ਇਹਨਾਂ ਦੇ ਵਿੱਚੋਂ 15 ਪੀਸ ਜਿਹੜੇ ਸਨ ਐਕਸਪਾਇਰ ਵੀ ਹੋ ਗਏ ਹਨ। ਦੋ ਨਰ ਸਨ ਮੇਰੇ ਭਾਈ ਦੁਸਾਲੇ, ਉਹ ਵੀ ਮੇਰੇ ਭਾਈ ਐਕਸਪਾਇਰ ਹੋ ਗਏ ਨੇ, ਚੈੱਕ ਕਰ ਸਕਦੇ ਹੋ, ਵੇਖ ਲਓ, ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆਏਗਾ। ਬਾਕੀ ਮਾਸ਼ਾਅੱਲਾ ਤੁਹਾਨੂੰ ਆਪਣੇ ਪਾਇਟ ਦਾ ਜੋੜਾ ਵੀ ਜਿਹੜਾ ਨਾ ਉਹ ਵੀ ਚੈੱਕ ਕਰਾ ਦਿੰਦੇ ਹਾਂ ਭਾਈਆਂ ਨੂੰ ਦੁਬਾਰਾ ਫਿਰ ਇੱਕ ਦਫ਼ਾ। ਜਾਨਵਰ ਵਹਿੰਦੇ ਬਾਹਰ ਮੇਰੇ ਭਾਈ ਕ੍ਰਾਸਿੰਗ ਕਰ ਰਹੇ ਨੇ, ਠੀਕ ਹੈ। ਇਹ ਨਰ ਆਪਣੀ ਜਗ੍ਹਾ 'ਤੇ ਕਾਇਮ ਨੇ, ਕੋਈ ਨਰ ਮਾਰੇਗਾ ਨਹੀਂ, ਕੋਈ ਕੁਝ ਨਹੀਂ ਕਰੇਗਾ। ਮੈਂ ਬਾਅਦ ਦਫ਼ਾ ਵੀਡੀਓ ਦੇ ਵਿੱਚ ਭਾਈਆਂ ਨੂੰ ਦਿਖਾਉਂਦਾ ਰਹਿੰਦਾ। ਵੇਖ ਲਓ ਓਪਨ ਨੇ, ਆ ਸਿਰਫ ਦਰਖਤ ਲਾਏ ਨੇ ਸਾਏ ਵਾਸਤੇ, ਛਾਂ ਵਾਸਤੇ। ਬਾਕੀ ਆ ਮਾਸ਼ਾਅੱਲਾ ਪਾਇਟ ਦਾ ਨਾਰ, ਖੂਬਸੂਰਤੀ ਚੈੱਕ ਕਰੋ ਬਰਡ ਦੀ, ਓਰਿਜਨਲ ਪਾਇਟ ਜਿਹਨੂੰ ਕਿਹਾ ਜਾਂਦਾ ਮੇਰੇ ਭਾਈ, ਉਹ ਪਾਇਟ ਦੇਖ ਸਕਦੇ ਹੋ ਮਾਸ਼ਾਅੱਲਾ। ਅਗਰ ਮੇਰੇ ਭਾਈ ਇਹਨਾਂ ਦੇ ਨਾਲ ਵਾਈਟ ਲਾਓਗੇ ਜਾਂ ਬਿਲੂ ਬਲੈਕ ਦਾ ਲਾਓਗੇ, ਅਤੇ ਇਸ ਤਰ੍ਹਾਂ ਮੇਰੇ ਭਾਈ ਮੁਖਤਲਿਫ ਕਲਾਸਾਂ ਦੇ ਵਿੱਚ ਲਾਓਗੇ ਨਾ ਮੇਰੇ ਭਾਈ, ਇਹ ਤਾਂ ਇੱਕੋ ਸੇਮ ਹੈ ਨਾ ਮੇਰੇ ਭਾਈ ਨਸਲ। ਅਗਰ ਮੇਰੇ ਭਾਈ ਮੁਖਤਲਿਫ ਲਾਓਗੇ ਤਾਂ ਮੁਖਤਲਿਫ ਬੱਚੇ ਨਿਕਲਣਗੇ ਮੇਰੇ ਭਾਈ। ਪਹਿਲਾਂ ਤੁਸੀਂ ਵੀਡੀਓ ਵੇਖਿਆ ਹੋਵੇਗਾ ਕਿ ਇਹਦੇ ਨਾਲ ਵਾਈਟ ਦੀ ਮਾਦੀ ਸੀ, ਹੁਣ ਵਾਈਟ ਦੀ ਮਾਦੀ ਚੇਂਜ ਕਰ ਛੱਡੀ। ਇਹ ਮੇਰੇ ਭਾਈ ਮਾਸ਼ਾਅੱਲਾ ਪੇਡ ਨੰਬਰ 4 ਚੈੱਕ ਕਰ ਸਕਦੇ ਹੋ ਮੇਰੇ ਭਾਈ, 15 ਮਾਦੀਆਂ, 2 ਨਰ। ਇਹ ਵਾਈਟ ਦੀ ਮਾਦੀ ਮੇਰੇ ਭਾਈ ਫਿਰਦੀ ਪਈ ਹੈ, ਵਾਈਟ ਦੀ ਮਾਦੀ ਹੈ, ਇਸ ਤੋਂ ਮੇਰੇ ਭਾਈ ਉਦੋਂ ਇੱਦਾਂ ਕਰ ਛੱਡੀ, ਕਿਉਂਕਿ ਉਹ ਨਾਲ ਜਿਹੜਾ ਸੀ ਨਾ ਵਾਈਟ ਦੀ ਮਾਦੀ ਨੂੰ ਮਾਰਦਾ ਸੀ ਮੇਰੇ ਭਾਈ, ਅਤੇ ਫਿਰ ਇਸ ਵਾਰ ਮਾਦੀ ਕ੍ਰਾਸ ਨਹੀਂ ਸੀ ਹੁੰਦੀ। ਮਾਦੀ ਮਾਸ਼ਾਅੱਲਾ 17 ਆਂਡੇ ਦੇ ਚੁੱਕੀ ਹੈ, ਅਤੇ ਇਹ ਸਾਰੇ ਹੀ ਖਰਾਬ ਨੇ, ਕਿਉਂਕਿ ਮੈਂ ਸਾਰੇ ਚੈੱਕ ਕੀਤੇ ਨੇ। ਉਹਦੀ ਵਜ੍ਹਾ ਇਹ ਸੀ ਕਿ ਉਹ ਨਰ ਜਿਹੜਾ ਸੀ ਨਾ ਮਾਰਦਾ ਸੀ ਅਤੇ ਕ੍ਰਾਸ ਨਹੀਂ ਸੀ ਹੁੰਦੀ। ਬਾਕੀ ਮਿਲਦੇ ਆ ਕਿ ਨਹੀਂ ਵੀਡੀਓ 'ਚ ਮੇਰੇ ਭਾਈ, ਦੁਆ ਯਾਦ ਰੱਖਣਾ ਆਪਣੇ ਭਾਈ ਨੂੰ ਔਰੰਗਜ਼ੇਬ ਨਾਮ ਨਹੀਂ ਭੁੱਲਣਾ। ਮਾਸ਼ਾਅੱਲਾ ਇੱਕ ਨੇ ਪੈਲ ਪਾ ਛੱਡੀ, ਜੇ ਵੇਖ ਸਕਦੇ ਹੋ ਇਹਨੇ ਪਾ ਦਿੱਤੀ, ਇਹਨੇ 20 ਪਾ ਛੱਡੀ, ਤਿੰਨੋਂ ਨਰਾਂ ਪੈਲ ਪਾ ਲਈ ਹੈ, ਇਹਨੇ ਫਿਰ ਲਾ ਛੱਡੀ ਮੇਰੇ ਆਉਣ ਦੀ ਵਜ੍ਹਾ ਤੋਂ। ਭੁੱਲਣਾ ਨਹੀਂ ਮੇਰੇ ਭਾਈ ਔਰੰਗਜ਼ੇਬ ਨਾਮ, ਲਾਈਵ ਲੋਕੇਸ਼ਨ ਹਾਫਸਾਬਾਦ ਮੇਰੇ ਭਾਈ, ਤਹਿਸੀਲ ਔਰ ਜ਼ਿਲ੍ਹਾ ਦੋਨੋਂ ਹਾਫਸਾਬਾਦ ਮੇਰੇ ਭਾਈ ਜੀ, ਠੀਕ ਹੋ ਗਿਆ। ਅਤੇ ਮਿਲਦੇ ਹਾਂ ਕਿ ਨਹੀਂ ਵੀਡੀਓ 'ਚ, ਆਪਣੇ ਭਾਈ ਨੂੰ ਦਿਓ ਇਜਾਜ਼ਤ। ਰਾਬਤਾ ਨੰਬਰ ਉਹ ਜੀ ਮੇਰੇ ਭਾਈ 0304-6268-90, 0343-34-28-173। ਠੀਕ ਹੋ ਗਿਆ ਮੇਰੇ ਭਾਈ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।